ਇਨਵਾਇਰਮੈਂਟ ਜਿਹੜਾ ਹੈ ਸਾਡਾ, ਠੀਕ ਹੈ, ਉਸਦੀ ਸੰਭਾਲ ਦੇ ਲਈ ਕਲਾਈਮੇਟ ਚੇਂਜ ਦੀ, ਗਲੋਬਲ ਵਾਰਮਿੰਗ, ਜਿਹੜੇ ਕਿ ਗਲੋਬਲ ਮੁੱਦੇ ਨੇ, ਹਨਾ, ਉਹਨਾਂ ਦੇ ਬਾਰੇ ਕੋਈ ਸਰਕਾਰ ਗੱਲ ਨਹੀਂ ਕਰਦੀ। ਜਿਹੜਾ ਵਾਤਾਵਰਨ ਦੀ ਤੁਸੀਂ ਗੱਲ ਕੀਤੀ ਹੈ ਨਾ, ਇਹ ਸ੍ਰੀ ਗੁਰੂ ਨਾਨਕ ਦੇਵ ਨੇ 500 ਸਾਲ ਪਹਿਲਾਂ ਕਿਹਾ, ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਾਤ, ਕਿ ਪਾਣੀ ਹਵਾ ਧਰਤੀ, ਕਿ ਮਨੁੱਖ ਨੇ ਜਿਨ੍ਹਾਂ ਨੂੰ ਪਿਤਾ ਵੀ ਕਿਹਾ ਮਾਤਾ ਵੀ ਕਿਹਾ, ਉਸ ਮਨੁੱਖ ਨੇ ਕੀ ਕੀਤਾ ਕਿ ਸਾਰਿਆਂ ਦਾ ਹੀ ਨੁਕਸਾਨ ਕਰਨ 'ਚ ਕੋਈ ਪਿੱਛੇ ਢਿੱਲ ਨਹੀਂ ਛੱਡੀ। ਪਾਣੀ ਦਾ ਮੁੱਦਾ ਲਾ ਲਓ, ਪਾਣੀ ਜਿਹੜਾ ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ, ਤੇ ਜਿਹਦੇ ਵਿੱਚ ਅੱਜ ਪਾਣੀ ਵੀ ਮੁੱਲ ਵਿਕਦਾ ਤੇ ਉਹਤੇ ਵਿਸ਼ਵਾਸ ਹੈ। ਖੇਤਾਂ ਨੂੰ ਅੱਗ ਲਾ ਦਿੰਦੇ ਨੇ, ਨਾੜ ਫੂਕਦੇ ਨੇ, ਠੀਕ ਹੈ, ਪਰ ਜਦੋਂ ਪੁਲਿਸ, ਹਾਲਾਂਕਿ ਇਹ ਗੁਨਾਹ ਆ, ਪੁਲਿਸ ਫੜਦੀ ਆ, ਪਰ ਮੈਂ ਅੱਜ ਤੱਕ ਕੋਈ ਵੀ ਬੰਦਾ ਫੜਿਆ ਹੋਇਆ ਨਹੀਂ ਦੇਖਿਆ। ਜਿਹੜਾ ਵਾਤਾਵਰਨ ਦੇ ਆ ਨਾ, ਇਹ ਅਸੀਂ ਆਪ ਜਿਹੜਾ ਆਪਣੀ ਮੌਤ ਜਿੱਦਾਂ ਨਾ ਵਾਰੰਟ ਲਿਖ ਰਹੇ ਹਾਂ ਕਿ ਸਾਡੀ ਆਪਣੀ ਮੌਤ ਆ, ਅਸੀਂ ਕਿਸੇ ਦਾ ਭਲਾ ਕੀ ਕਰਨਾ, ਅਸੀਂ ਆਪਣਾ ਭਲਾ ਵੀ ਨਹੀਂ ਕਰਨਾ। ਅਸੀਂ ਅਧਿਕਾਰਾਂ ਦੀ ਗੱਲ ਕਰਦੇ ਹਾਂ, ਹਨਾ, ਜਦੋਂ ਕਰਤੱਵਾਂ ਦੀ ਗੱਲ ਆਉਂਦੀ ਹੈ, ਜ਼ਿੰਮੇਵਾਰੀਆਂ ਦੀ ਗੱਲ ਆਉਂਦੀ ਹੈ, ਉਦੋਂ ਅਸੀਂ ਪਿੱਛਾ ਛੁਡਾਉਂਦੇ ਹਾਂ। ਸਾਡੇ ਬੇਰੁਜ਼ਗਾਰ ਨੂੰ, ਨੌਜਵਾਨ ਪੀੜ੍ਹੀ ਜਿਹੜੀ ਆ ਉਹ ਵਿਦੇਸ਼ਾਂ ਵੱਲ ਦੌੜੀ ਜਾ ਰਹੀ ਆ, ਉਹਦੇ ਨਾਲ ਇੱਕ ਚੀਜ਼ ਹੋਰ ਨੁਕਸਾਨ ਬੜਾ, ਪਲੱਸ ਟੂ ਕਰਦੇ ਆ, ਉਹ ਕਹਿੰਦੇ ਆਈਲੈਟਸ ਕਰਨੀ, ਮੈਂ ਨਹੀਂ ਇੱਥੇ ਰਹਿਣਾ ਜੀ। ਮੈਂ ਤਾਂ ਕਹਿੰਦਾ ਆਪਣੇ ਰਾਜੇ ਦਸ਼ਰਥ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ ਨੂੰ 14 ਸਾਲ ਦਾ ਬਨਵਾਸ ਦਿੱਤਾ ਸੀ, ਉਹ ਅਸੀਂ ਆਪਣੇ ਹੱਥੀਂ ਬੱਚਿਆਂ ਨੂੰ ਬਨਵਾਸ ਦੇ ਰਹੇ ਹਾਂ। ਸੋਲਜਰ ਟਾਈਮਸ ਤੇ ਮੈਂ ਹਾਂ ਜਸਪ੍ਰੀਤ ਕੌਰ ਸ਼ੇਰਗਿੱਲ ਤੇ ਹਾਜ਼ਰ ਹਾਂ ਜੀ ਅੱਜ ਦਾ ਪੋਡਕਾਸਟ ਲੈ ਕੇ, ਔਰ ਅੱਜ ਸਾਡੇ ਇਸ ਪੋਡਕਾਸਟ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਬਲਵਿੰਦਰ ਸਿੰਘ ਪੰਗੂ ਜੀ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਡਿਵੈਲਪਮੈਂਟ ਦੀ, ਤਰੱਕੀ ਦੀ, ਔਰ ਖਾਸ ਕਰਕੇ ਵਾਤਾਵਰਨ ਦੀ, ਕਿ ਇਹਨਾਂ ਮੁੱਦਿਆਂ ਵੱਲ ਸਰਕਾਰ ਦਾ ਧਿਆਨ ਹੈ, ਕੀ ਸਰਕਾਰ ਸੋਚ ਰਹੀ ਹੈ ਕਿ ਮੁਫ਼ਤ ਬਿਜਲੀ, ਮੁਫ਼ਤ ਪਾਣੀ ਤੋਂ ਜਾਂ ਮੁਫ਼ਤ ਰੋਟੀ ਜਿਹੜੀ ਉਹ ਕਣਕ ਆਟਾ ਵੰਡਦੀ ਹੈ, ਉਸ ਤੋਂ ਇਲਾਵਾ ਵੀ ਸਾਡੀਆਂ ਕੁਝ ਲੋੜਾਂ ਨੇ, ਔਰ ਮੁੱਦਾ ਜਿਹੜਾ ਆ ਥੋੜਾ ਗੰਭੀਰ ਵੀ ਹੈ, ਬਟ ਖਿਆਲ ਇਸ ਵੱਲ ਕਿਸੇ ਦਾ ਘੱਟ ਹੀ ਜਾਂਦਾ। ਸੋ ਆਓ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ। ਬਹੁਤ ਬਹੁਤ ਸਵਾਗਤ ਹੈ ਸੋਲਜਰ ਟਾਈਮ ਦਾ, ਬਹੁਤ ਬਹੁਤ ਧੰਨਵਾਦ ਜਿਹਨਾਂ ਨੂੰ ਮੌਕਾ ਦਿੱਤਾ ਇੱਥੇ ਆਉਣ ਦਾ, ਤੇ ਸਭ ਤੋਂ ਪਹਿਲਾਂ ਮੈਂ ਇਹ ਮੈਡਮ ਜਸਪ੍ਰੀਤ ਸ਼ੇਰਗਿੱਲ ਦਾ ਅਤੇ ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ, ਕਿ ਜਿਨ੍ਹਾਂ ਨੇ ਸਾਡੇ ਨਾਲ ਸਾਂਝ ਪਾਉਣੀ ਆ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਰ, ਮੇਰਾ ਸਵਾਲ ਪਹਿਲਾਂ ਇਹੀ ਹੈ, ਜਿਵੇਂ ਮੈਂ ਸ਼ੁਰੂ ਦੇ ਵਿੱਚ ਵੀ ਕਿਹਾ ਕਿ ਇਨਵਾਇਰਮੈਂਟ ਜਿਹੜਾ ਹੈ ਸਾਡਾ, ਠੀਕ ਹੈ, ਉਸਦੀ ਸੰਭਾਲ ਦੇ ਲਈ ਕਲਾਈਮੇਟ ਚੇਂਜ ਦੀ, ਗਲੋਬਲ ਵਾਰਮਿੰਗ, ਜਿਹੜੇ ਕਿ ਗਲੋਬਲ ਮੁੱਦੇ ਨੇ, ਹਨਾ, ਉਹਨਾਂ ਦੇ ਬਾਰੇ ਕੋਈ ਸਰਕਾਰ ਗੱਲ ਨਹੀਂ ਕਰਦੀ। ਸਰਕਾਰ ਆਉਂਦੀ ਹੈ, ਗੱਲ ਕਰਦੀ ਹੈ ਜੀ ਅਸੀਂ ਨੌਕਰੀਆਂ ਦੇਵਾਂਗੇ, ਨੋ ਡਾਊਟ ਨੌਕਰੀ ਵੀ ਜ਼ਰੂਰੀ ਹੈ, ਠੀਕ ਹੈ, ਮੁਫ਼ਤ ਬਿਜਲੀ ਦੇਵਾਂਗੇ, ਪਰ ਬਿਜਲੀ ਦੇ ਨਾਲ ਨਾਲ ਅਸੀਂ ਠੀਕ ਹੈ ਏਸੀ ਲਾ ਲਵਾਂਗੇ, ਸਾਨੂੰ ਬਿੱਲ ਨਹੀਂ ਆਉਣਗੇ, ਪਰ ਜੇ ਬਾਹਰ ਹੀ ਗਰਮੀ ਹੋਊਗੀ ਤਪਦੀ, ਸਾਡੇ ਵਾਤਾਵਰਨ ਹੀ ਜਿਹੜਾ ਆ ਉਹ ਨਹੀਂ ਸਾਫ ਸੁਥਰਾ ਹੋਊਗਾ, ਤੇ ਫਿਰ ਉਸਦਾ ਹੱਲ ਕਿਵੇਂ ਹੋਊਗਾ? ਮੈਡਮ, ਜਿਹੜਾ ਵਾਤਾਵਰਨ ਦੀ ਤੁਸੀਂ ਗੱਲ ਕੀਤੀ ਹੈ ਨਾ, ਇਹ ਸ੍ਰੀ ਗੁਰੂ ਨਾਨਕ ਦੇਵ ਨੇ 500 ਸਾਲ ਪਹਿਲਾਂ ਕਿਹਾ, ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਾਤ, ਕਿ ਪਾਣੀ ਹਵਾ ਧਰਤੀ, ਕਿ ਮਨੁੱਖ ਨੇ ਜਿਨ੍ਹਾਂ ਨੂੰ ਪਿਤਾ ਵੀ ਕਿਹਾ ਮਾਤਾ ਵੀ ਕਿਹਾ,
ਉਸ ਮਨੁੱਖ ਨੇ ਕੀ ਕੀਤਾ ਕਿ ਸਾਰਿਆਂ ਦਾ ਹੀ ਨੁਕਸਾਨ ਕਰਨ 'ਚ ਕੋਈ ਪਿੱਛੇ ਢਿੱਲ ਨਹੀਂ ਛੱਡੀ ਜੀ, ਤਾਂ ਉਹ ਸਾਹ ਲੈਣਾ ਮੁਸ਼ਕਿਲ ਹੋ ਗਿਆ ਕਿ ਅੱਜ ਤੁਸੀਂ ਦੇਖੋ ਕਿ ਕਿਸਾਨ ਜਿਹੜਾ ਆ ਅੱਗ ਲਾ ਰਿਹਾ ਜੀ, ਉਹ ਘੱਟੋ ਇੱਕ ਥਾਂ 'ਤੇ ਅੱਗ ਲਗਾਉਂਦਾ ਅਤੇ ਉਹ ਚਾਰ ਪੰਜ ਪਿੰਡ ਅੱਗ ਨਾ ਹੀ ਨਾ ਉਹ ਕੀੜਾ ਮਕੌੜਾ ਕਿੰਨਾ ਛੱਡਦਾ ਉੱਥੇ, ਔਰ ਆਸ ਪਾਸ ਜਿਹੜੇ ਹਰੇ ਰੁੱਖ ਹੁੰਦੇ ਨੇ ਉਹ ਵੀ ਸੁੱਕ ਕੇ ਸੜ ਜਾਂਦੇ ਆ, ਉਹ ਵੀ ਸੜ ਜਾਂਦੇ ਆ ਜੀ, ਜਿਹਨਾਂ ਸਾਨੂੰ ਆਕਸੀਜਨ ਦੇਣੀ ਆ, ਅਤੇ ਹੋਰ ਵੀ ਜਾਨਵਰ ਕੀ ਕਿ ਹਰ ਇੱਕ ਉਹਦੀ ਤਪਤ ਜਿਹੜੀ ਇੰਨੀ ਹੋ ਜਾਂਦੀ ਆ ਉਹਦੇ ਨਾਲ ਕਿ ਸਾਡਾ ਜੀਣਾ ਮੁਸ਼ਕਿਲ ਹੋ ਜਾਂਦਾ ਹੈ। ਪਾਣੀ ਦਾ ਮੁੱਦਾ ਲਾ ਲਓ, ਪਾਣੀ ਜਿਹੜਾ ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ, ਅਤੇ ਜਿਹਦੇ ਵਿੱਚ ਅੱਜ ਪਾਣੀ ਵੀ ਮੁੱਲ ਵਿਕਦਾ ਅਤੇ ਉੱਤੇ ਵਿਸ਼ਵਾਸ ਹੈ ਨਹੀਂ ਜੀ, ਜੇ ਕਹੋ ਬੋਤਲਾਂ ਵਾਲੇ ਪਾਸ ਡਿਸਪੋਜਲ ਬੋਤਲਾਂ ਵਿਸ਼ਵਾਸ ਆ, ਸਾਨੂੰ ਉੱਤੇ ਵਿਸ਼ਵਾਸ ਹੈ ਨਹੀਂ ਕਿ ਸਾਨੂੰ ਪਿਓਰ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਜੀ। ਇਸ ਕਰਕੇ ਜਿਹੜਾ ਵਾਤਾਵਰਨ ਦੇ ਆ ਨਾ, ਇਹ ਅਸੀਂ ਆਪ ਜਿਹੜਾ ਆਪਣੀ ਮੌਤ ਜਿੱਦਾਂ ਨਾ ਵਰੰਟ ਲਿਖ ਰਹੇ ਹਾਂ ਕਿ ਸਾਡੀ ਆਪਣੀ ਮੌਤ ਆ, ਅਸੀਂ ਕਿਸੇ ਦਾ ਭਲਾ ਕੀ ਕਰਨਾ, ਅਸੀਂ ਆਪਣਾ ਭਲਾ ਵੀ ਨਹੀਂ ਕਰਨਾ ਜੀ, ਕਿ ਸੋ ਸਾਨੂੰ ਜਿਹੜਾ ਚਾਹੀਦਾ ਕਿ ਅਸੀਂ ਵੱਧ ਤੋਂ ਵੱਧ ਦਰਖਤ ਲਾਈਏ। ਪਾਣੀ ਜਿਹੜਾ ਦੇਖ ਲਓ ਕਿੰਨਾ ਡੂੰਘਾ ਚੱਲ ਗਿਆ, ਅੱਜ ਇੱਕ ਕਿਸਾਨ ਨੇ ਬੋਰ ਕਰਾਉਣਾ ਕਰੋੜ ਲੱਖਾਂ ਰੁਪਈਏ ਉੱਤੇ ਖਰਚ ਹੁੰਦੇ ਆ ਜੀ, ਤੇ ਉਹ ਪਾਣੀ ਫਿਰ ਵੀ ਸਾਨੂੰ ਉਤਰੀਆਂ ਤੈਵਾਂ ਦਾ ਉਹ ਵੀ ਸਾਫ਼ ਨਹੀਂ ਪੈਦਿਆ ਜੀ, ਤੇ ਸੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਅਸੀਂ ਚਾਰ ਸਫੇਰੇ ਜਿਹੜੇ ਆਪਣੇ ਮੌਤ ਦੇ ਵਰੰਟ ਜਿਹੜੇ ਆ ਆਪ ਲਿਖ ਰਹੇ ਹਾਂ, ਅਤੇ ਇਹਦੇ ਵਿੱਚ ਜਾਗਰਤ ਹੋਣ ਦੀ ਦੂਜੀ ਗੱਲ ਆ ਕਿ ਕਈ ਜਥੇਬੰਦੀਆਂ ਕਈ ਸ਼ੌਂਕ ਰੱਖਦੇ ਆ, ਦਰਖਤ ਲਾ ਦਿੰਦੇ ਆ ਸੜਕਾਂ 'ਤੇ ਲਾ ਦਿੰਦੇ ਆ ਜਾਂ ਪਬਲਿਕ ਜਗ੍ਹਾ ਉੱਥੇ ਲਾ ਜਾਂ ਆਪਣਾ ਨਿੱਜੀ ਜਗ੍ਹਾ 'ਤੇ ਲਾ ਦਿੰਦੇ ਆ ਜੀ, ਪਰ ਕੀ ਆ ਉਹਦੇ ਵਿੱਚ ਵੀ ਸਾਡੇ ਜਿਹੜੇ ਪਸ਼ੂ ਲੋਕਾਂ ਰੱਖੇ ਆ ਉੱਥੇ ਚਾਰ ਦੇ ਨਾਲ ਹੀ ਉਹਨਾਂ ਨੂੰ ਕਰ ਦਿੰਦੇ ਆ, ਦੂਜਾ ਸਾਂਭ ਸੰਭਾਲ ਵੀ ਨਹੀਂ ਹੁੰਦੀ ਜੀ। ਮੈਂ ਕਈ ਵਾਰੀ ਦੇਖਿਆ ਕਈ ਦਰਖਤ ਇੰਨੇ ਇੰਨੇ ਲੋਕਾਂ ਨੇ ਲਾ ਦਿੱਤੇ ਆ, ਪਰ ਜਦੋਂ ਉਹਨਾਂ ਨੂੰ ਪਾਲਣ ਦੀ ਗੱਲ ਆਉਂਦੀ ਆ ਤੇ ਉੱਥੇ ਕੋਈ ਪਾਣੀ ਪਾਉਣ ਨਹੀਂ ਜਾਂਦਾ ਤੇ ਸਾਰਾ ਉੱਦਾਂ ਹੀ ਉਹ ਸੁੱਕ ਜਾਂਦੇ ਆ। ਸਾਡਾ ਇਹ ਮਤਲਬ ਆ ਕਿ ਜੇ ਅਸੀਂ ਦਰਖਤ ਲਾਉਣੇ ਆ ਨਾ, ਸ਼ੌਂਕ ਰੱਖਦੇ ਹਾਂ ਤੇ ਪਾਲਣ ਦਾ ਪਹਿਲਾਂ ਸ਼ੌਂਕ ਪਾਲਣਾ ਚਾਹੀਦਾ ਜੀ, ਬਿਲਕੁਲ। ਔਰ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਏ ਕਿ ਅਸੀਂ ਲੋਕਾਂ ਨੂੰ ਆਗਾਹ ਕਰੀਏ, ਉਹਨਾਂ ਨੂੰ ਦੱਸੀਏ, ਈਵਨ ਕਿ ਤੁਸੀਂ ਗੱਲ ਕੀਤੀ ਕਿ ਖੇਤਾਂ ਨੂੰ ਅੱਗ ਲਾ ਦਿੰਦੇ ਨੇ, ਨਾੜ ਫੂਕਦੇ ਨੇ, ਠੀਕ ਹੈ, ਪਰ ਜਦੋਂ ਪੁਲਿਸ, ਹਾਲਾਂਕਿ ਇਹ ਗੁਨਾਹ ਆ, ਪੁਲਿਸ ਫੜਦੀ ਆ, ਪਰ ਮੈਂ ਅੱਜ ਤੱਕ ਕੋਈ ਵੀ ਬੰਦਾ ਫੜਿਆ ਹੋਇਆ ਨਹੀਂ ਦੇਖਿਆ। ਦੇਖੋ ਜੀ, ਨਾੜ ਜਿਹੜਾ ਆ ਇਹਨੂੰ ਜਦੋਂ ਲੂਨੇ ਆ ਤੇ ਕਾਰਬਨ ਡਾਈਆਕਸਾਈਡ ਬਹੁਤ ਜ਼ਿਆਦਾ ਹੁੰਦੀ ਆ ਜੀ, ਸਾਡੇ ਸਾਹ ਲੈਣੇ, ਆਕਸੀਜਨ ਜਿਹੜੀ ਆ ਪਹਿਲੀ ਗੱਲ ਹੈ ਹੀ ਨਹੀਂ ਕਿਉਂਕਿ ਦਰਖਤ ਹੈ ਨਹੀਂ ਤਾਂ ਆਕਸੀਜਨ ਨਹੀਂ, ਹਾਂਜੀ, ਤੇ ਦੂਜੇ ਜਦੋਂ ਨਾੜ ਕਰਨੇ ਤੇ ਕਾਰਬਨ ਡਾਈਆਕਸਾਈਡ ਜਿਹੜੀ ਮਨੁੱਖ ਵਾਸਤੇ ਘਾਤਕ ਆ, ਕਿ ਅਸੀਂ ਜੇ ਉਹ ਸਾਡੀ ਗੈਸ ਜਿਹੜੀ ਅੰਦਰ ਜਾਊਗੀ ਸਾਨੂੰ 100 ਬਿਮਾਰੀਆਂ ਦਾ ਸੱਦਾ ਦਊਗੀ, ਤੇ ਇਸ ਕਰਕੇ ਜਿਹੜਾ ਤੁਸੀਂ ਕਹਿੰਦੇ ਆ ਕਿ ਆਪਾਂ ਅਸਲ ਮੁੱਦਾ ਤੇ ਆ ਕਿ ਅਸੀਂ ਕਿਵੇਂ ਲੰਮਾ ਸਮਾਂ, ਤੁਸੀਂ ਪਹਿਲਾਂ ਦੇਖੋ ਕਿ ਆਪਾਂ ਕਹਾਣੀਆਂ ਸੁਣਦੇ ਆ ਕਿ ਫਲਾਣੇ ਸੰਤ 500 ਸਾਲ ਉਮਰ ਸੀ ਜੀ, 300 ਸਾਲ ਉਮਰ ਸੀ, 1000 ਸਾਲ ਉਮਰ ਸੀ, ਤੇ ਉਹਦਾ ਇਹੋ ਹੀ ਸੀ ਕਿ ਉਦੋਂ ਆਕਸੀਜਨ ਜ਼ਿਆਦਾ ਸੀ, ਬਿਮਾਰੀਆਂ ਘੱਟ ਲੱਗਦੀਆਂ ਸੀ ਜੀ, ਔਰ ਲੋਕਾਂ ਦਾ ਜਿਹੜਾ ਸੀ ਸਾਦਾ ਜਿਹਾ ਰਹਿਣ ਸਹਿਣ ਦਾ ਪੱਧਰ ਸੀ, ਤੇ ਪਾਣੀ ਵੀ ਸਾਫ਼ ਮਿਲਦਾ ਸੀ, ਹਵਾ ਵੀ ਸਾਫ਼ ਮਿਲਦੀ ਸੀ, ਧਰਤੀ ਵੀ ਸਾਫ਼ ਸੀ, ਤੇ ਉਹਨਾਂ ਦੀਆਂ ਲੰਮੀਆਂ ਉਮਰਾਂ ਸੀ ਜੀ, ਬਿਲਕੁਲ। ਤੇ ਜਿਹੜਾ ਕਾਰਨ ਇਹ ਸੀ ਕਿ ਉਹਨਾਂ ਦੇ ਅੱਜ ਅਸੀਂ ਤੁਸੀਂ ਸਬਜ਼ੀ ਲੈ ਲਓ, ਅੱਗੇ ਤਾਂ ਇਹ ਕਹਿੰਦੇ ਜੇ ਸਬਜ਼ੀ ਦੇ ਵਿੱਚ ਕੀੜਾ ਆ ਤਾਂ ਉਹਨੂੰ ਆਪਾਂ ਸੁੱਟ ਦਿੰਦੇ ਹਾਂ, ਹੁਣ ਇਹ ਵਿਗਿਆਨੀ ਕਹਿੰਦੇ ਕਿ ਕੀੜੇ ਵਾਲੀ ਸਬਜ਼ੀ ਠੀਕ ਆ, ਕੀੜੇ ਵਾਲੀ ਠੀਕ ਹੈ, ਔਰ ਅੱਜ ਕੱਲ੍ਹ ਤਾਂ ਸਬਜ਼ੀ ਦੇ ਵਿੱਚ ਮੈਂ ਹਦਵਾਣੇ ਬੜੇ ਬਾਜ਼ਾਰਾਂ 'ਚ ਮਿਲਦੇ ਪਏ ਆ, ਔਰ ਮੈਂ ਵੀਡੀਓ ਦੇਖ ਲਈ ਆ ਕਿ 4 ਇੰਜੈਕਸ਼ਨ ਹਦਵਾਣੇ ਵਿੱਚ ਲਾਏ ਹੋਏ ਆ ਸਿਰਫ ਉਹਨੂੰ ਲਾਲ ਕਰਨ ਦੇ ਲਈ, ਮਤਲਬ ਸਾਰੇ ਇਦਾਂ ਕਿ ਸਵੇਰੇ ਕੋਈ ਜੜੀ ਕੋਈ ਦਵਾਈ ਪਾ ਕੇ ਆਉਂਦਾ
ਜਾਂ ਉਹਨੂੰ ਟੀਕਾ ਲਾ ਕੇ ਆਉਂਦਾ ਸਵੇਰੇ, ਉਹ ਪੂਰਾ ਤਿਆਰ ਹੁੰਦਾ। ਜੀ ਅਤੇ ਇਸ ਕਰਕੇ ਜਿਹੜਾ ਨਾ ਅਸੀਂ ਜਦੋਂ ਦਵਾਈਆਂ 'ਤੇ ਆ ਗਏ, ਖਾਦਾਂ 'ਤੇ ਆ ਗਏ ਹਾਂ, ਅਤੇ ਅਸੀਂ ਜਿਹੜਾ ਉਹ ਕੀ ਕਹਿੰਦੇ ਜ਼ਹਿਰ ਜ਼ਹਿਰ ਹੀ ਜਿਹੜਾ ਤਿਆਰ ਕਰ ਰਹੇ ਹਾਂ, ਅਤੇ ਉਹਦੇ ਨਾਲ ਸਾਡਾ ਜਿਹੜਾ ਆ ਸਾਡੇ ਸਰੀਰ 'ਤੇ ਨੁਕਸਾਨ ਹੁੰਦਾ। ਤੁਸੀਂ ਦਿਨ ਬ ਦਿਨ ਸਰੀਰ ਦੇਖੋ, ਡਿਵੈਲਪਮੈਂਟ ਸਰੀਰ ਦੀ ਡਿਵੈਲਪਮੈਂਟ ਹੀ, ਬਾਕੀ ਤਾਂ ਆਪਾਂ ਕਹਿੰਦੇ ਸਾਡੇ ਸਰੀਰ ਦੀ ਡਿਵੈਲਪਮੈਂਟ ਜਿਹੜੀ ਆ ਉਹ ਹੀ ਕਿੱਥੇ ਅੱਗੇ 6-6, 7-7 ਫੁੱਟੇ ਬੰਦੇ ਜਵਾਨ ਹੁੰਦੇ ਸੀ, ਅੱਜ 3-4-5 ਫੁੱਟ ਬੰਦਾ ਹੁੰਦੇ ਆ, ਕਿੱਥੇ ਅੱਗੇ 100-100 ਸਾਲ ਬੱਚਾ ਬੰਦਾ ਆਪਣੀ 100 ਸਾਲ ਤੋਂ ਉੱਪਰ ਕੱਢਦਾ ਸੀ, ਹੁਣ 50 ਸਾਲ ਤੋਂ ਮੌਤਾਂ ਹੁੰਦੀਆਂ। ਇਹ ਸਾਰਾ ਸਾਡੇ ਆਪਣੇ ਹੱਥਾਂ ਦੀਆਂ, ਸਾਡੀਆਂ ਆਪਣੀਆਂ ਮਾੜੀਆਂ ਮਾੜੇ ਕੰਮ ਆ ਜਿਹਨਾਂ ਕਰਕੇ ਅਸੀਂ ਇਹ ਜਿਹੜਾ ਪੋਲੀਟੀਕਲ ਦੀ ਤੁਸੀਂ ਗੱਲ ਕੀਤੀ ਆ, ਉਹਨਾਂ ਦਾ ਤੇ ਇੱਕ ਮੈਂ ਹੁਣ ਚੋਣ ਹੋ ਰਹੀ ਆ ਸੰਸਦੀ ਚੋਣ, ਮੈਂ ਕਿਸੇ ਪਾਰਟੀ ਦਾ ਨਾਂ ਲੈਂਦਾ, ਔਰ ਕਿਸੇ ਪਾਰਟੀ ਨੇ ਮੁੱਦੇ ਨੂੰ ਛੂਹਿਆ ਨਹੀਂ। ਵਾਤਾਵਰਨ ਦੇ ਸੰਤ ਬਲਬੀਰ ਸਿੰਘ ਸਿੱਚੇਵਾਲ ਜੀ, ਉਹ ਕਿੰਨਾ ਉਹਨਾਂ ਨੇ ਇੱਕ ਵਹੀ ਸਾਫ਼ ਕੀ ਸਾਫ਼ ਕਰਕੇ, ਸੰਤ ਆਪਾਂ ਸੇਵਾ ਸਿੰਘ ਜੀ ਗੁਰੂ ਸਾਹਿਬ ਵਾਲੇ, ਔਰ ਉਧਰ ਚਲੋ ਕਿੰਨਾ ਉਹਨਾਂ ਨੇ ਦਰਖਤ ਲਾਇਆ। ਅਤੇ ਇਸ ਕਰਕੇ ਜੇਕਰ ਉਹਨਾਂ ਸੰਤਾਂ ਮਹਾਂਪੁਰਸ਼ਾਂ ਦਾ ਜਿਹੜਾ ਆ ਇੰਨਾ ਪਰਉਪਕਾਰ ਆ, ਅਤੇ ਸਾਡੇ ਵੀ ਕੁਝ ਅਸੀਂ ਜਿਹੜਾ ਆ ਉਹ ਹੁਣ ਲੰਗਰ ਲਾਈ ਜਾਂਦੇ ਹਾਂ ਜਾਂ ਸਬੀਲਾਂ ਲਾਈ ਜਾਂਦੇ ਹਾਂ, ਚਲੋ ਚੰਗੀ ਗੱਲ, ਮੈਂ ਉਹਨੂੰ ਮਾੜੀ ਗੱਲ ਨਹੀਂ ਕਹਿੰਦਾ, ਵਧੀਆ ਗੱਲ ਆ, ਪਰ ਉਹਦੇ ਨਾਲ ਥੋੜਾ ਜਿਹਾ ਆਪਣਾ ਵਾਤਾਵਰਨ ਨੂੰ ਵੀ ਸਾਫ਼ ਰੱਖਣ ਦਾ ਆਪਣਾ ਕਰਤੱਵ ਸਮਝੀਏ, ਬਿਲਕੁਲ, ਤੇ ਦਰਖਤ ਲਾਈਏ, ਉਹਨੂੰ ਪਾਲਣ ਦਾ ਪਹਿਲਾਂ ਜਿਹੜਾ ਆ ਉਹ ਆਪਣਾ ਉਹ ਹੋਬੀ ਬਣਾਈਏ ਕਿ ਅਸੀਂ ਪਾਲਣਾ, ਇਹ ਬੱਚੇ ਨੂੰ ਦਰਖਤ ਉਦਾਂ ਪਾਲਣਾ ਜਿਵੇਂ ਆਪਣੇ ਬੱਚੇ ਨੂੰ ਪਾਲਦੇ। ਜੀ ਅਸੀਂ ਅਧਿਕਾਰਾਂ ਦੀ ਗੱਲ ਕਰਦੇ ਹਾਂ, ਹਨਾ, ਜਦੋਂ ਕਰਤੱਵਾਂ ਦੀ ਗੱਲ ਆਉਂਦੀ ਹੈ, ਜ਼ਿੰਮੇਵਾਰੀਆਂ ਦੀ ਗੱਲ ਆਉਂਦੀ ਹੈ, ਉਦੋਂ ਅਸੀਂ ਪਿੱਛਾ ਛੁਡਾਉਂਦੇ ਹਾਂ। ਹਾਂਜੀ ਇਹੋ ਗੱਲ ਆ ਕਿ ਅੱਜ ਚੋਣਾਂ ਚੋਣ ਮੈਨੀਫੈਸਟੋ ਬਲ ਦੇ ਕਿਸੇ ਦਾ ਆਉਂਦਾ ਆ, ਅਤੇ ਤੁਸੀਂ ਇਹ ਦੇਖੋ ਕਿ ਉਹਦੇ ਵਿੱਚ ਨਸ਼ਿਆਂ ਦਾ ਕਿੰਨਾ ਜਾਲ ਵਛ ਗਿਆ, ਇਹ ਮੁੱਦਾ ਹੀ ਆ ਜੀ। ਸਾਡੇ ਬੇਰੁਜ਼ਗਾਰ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਵਿਦੇਸ਼ਾਂ ਵੱਲ ਦੌੜੀ ਜਾ ਰਹੀ ਆ, ਉਹਦੇ ਨਾਲ ਇੱਕ ਚੀਜ਼ ਹੋਰ ਨੁਕਸਾਨ ਬੜਾ, ਪਲੱਸ ਟੂ ਕਰਦੇ ਆ ਉਹ ਕਹਿੰਦੇ ਆਈਲੈਟਸ ਕਰਨੀ, ਮੈਂ ਨਹੀਂ ਇੱਥੇ ਰਹਿਣਾ ਜੀ। ਮੈਂ ਤਾਂ ਕਹਿੰਦਾ ਆਪਣੇ ਰਾਜੇ ਦਸ਼ਰਥ ਨੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ 14 ਸਾਲ ਦਾ ਬਨਵਾਸ ਦਿੱਤਾ ਸੀ, ਉਹ ਅਸੀਂ ਆਪਣੇ ਹੱਥੀ ਬੱਚਿਆਂ ਨੂੰ ਬਨਵਾਸ ਦੇ ਰਹੇ ਜੀ, ਨਾਲੇ ਪੈਸੇ ਲਾ ਰਹੇ ਹਾਂ, ਪੈਸੇ ਲਾ ਰਹੇ ਹਾਂ, ਘਰ ਬਾਰ ਵੇਚ ਕੇ ਅਸੀਂ ਕਹਿੰਦੇ ਤਾਂ ਜੋ ਹੈਗਾ ਇੱਥੇ ਲਾ ਦਿਓ, ਇਹ ਸਾਡੇ ਉਹ ਬੱਚੇ ਤੇ ਸਾਡੇ ਲਾਗੇ ਹੋਣਗੇ ਅੱਗੇ ਤੇ ਵੀ, ਕਹਿੰਦਾ ਬੱਚੇ ਨੂੰ ਹੋਸਟਲ ਚ ਨਾ ਪਾਓ, ਜਾਂ ਸਾਡਾ ਬੱਚੇ ਮਾਂ ਪਿਓ ਦਾ ਜਿਹੜਾ ਪਿਆਰ ਜਿਹੜਾ ਉਹ ਨਹੀਂ ਰਹਿਣਾ, ਪਿਆਰ ਨਹੀਂ ਰਹੇਗਾ, ਹੁਣ ਹੋਸਟਲ ਛੱਡ ਕੇ ਨਹੀਂ ਤੇ ਹਜ਼ਾਰਾਂ ਮੀਟਰ ਦੂਰੋਂ ਤੇ ਕਿਲੋਮੀਟਰ ਦੂਰੋਂ ਉਹਨਾਂ ਨੂੰ ਸੁੱਟ ਰਹੇ ਆ, ਤੇ ਉਹ ਉਦਾਂ ਦੇ ਵਾਤਾਵਰਨ ਚ ਰਹਿ ਰਹੇ ਆ, ਤੇ ਇਸ ਕਰਕੇ ਸਾਡਾ ਸਮਾਜਿਕ ਢਾਂਚਾ ਵੀ ਇਹਦੇ ਨਾਲ ਹਿੱਲ ਗਿਆ ਜੀ, ਹਿੱਲ ਗਿਆ, ਕਿਉਂਕਿ ਬੱਚਿਆਂ ਦਾ ਆਪਸ ਦੇ ਵਿੱਚ ਫੈਮਿਲੀ ਦੇ ਨਾਲ ਅਟੈਚਮੈਂਟ ਨਹੀਂ ਹੈ। ਹੁਣ 12ਵੀਂ ਦੇ ਬੱਚੇ ਚ ਮੈਚਿਓਰਿਟੀ ਕਿੰਨੀ ਕੁ ਹੁੰਦੀ ਆ, ਸਿਆਣਪ ਅਸੀਂ ਇੰਨੀ ਕਹਿ ਨਹੀਂ ਸਕਦੇ, ਔਰ ਅਸੀਂ ਆਪਣੀਆਂ ਜੜ੍ਹਾਂ ਆਪ ਪੁੱਟਦੇ ਪਏ ਹਾਂ, ਹਨਾ, ਆਪਣਾ ਸਭ ਕੁਛ ਖਤਮ ਕਰੀ ਜਾਂਦੇ, ਔਰ ਸਰਕਾਰਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਇਹ ਕਵਾਂਗੇ ਕਿ ਉਹ ਸਿਰਫ ਉਹਨਾਂ ਨੂੰ ਵੋਟ ਬੈਂਕ ਨਾਲ ਮਤਲਬ ਆ। ਦੇਖੋ ਜੀ ਜਿਹੜੇ ਸਰਕਾਰ ਲੀਡਰ ਜਿਹੜੇ ਆ ਨਾ, ਲੀਡਰਾਂ ਨੇ ਕੀ ਕੀਤਾ ਆ ਕਿ ਲੀਡਰਾਂ ਨੇ ਆਪਣੇ ਬਾਰੇ ਸੋਚਿਆ ਜੀ, ਕਿ ਲੀਡਰ ਜੇ ਪਬਲਿਕ ਬਾਰੇ ਸੋਚਦਾ ਤੇ ਆ ਨੌਬਤ ਨਹੀਂ ਸੀ ਆਉਣੀ। ਤੁਸੀਂ ਇੱਕ ਲੀਡਰ ਦਾ ਦੇਖੋ, ਜੇ ਉਹ ਜੇ MLA ਬਣਿਆ ਆ ਜਾਂ MP ਬਣਿਆ ਜਾਂ ਮਿਨਿਸਟਰ ਬਣਿਆ, ਉਹ ਜਦੋਂ ਬਣਿਆ ਉਹਦੀ ਪ੍ਰੋਪਰਟੀ ਉਦੋਂ ਦੇਖ ਲਓ ਤੇ ਜਦੋਂ 5 ਸਾਲ ਕੱਢਦਾ ਉਹਦੀ ਪ੍ਰੋਪਰਟੀ ਚੱਲ ਹੈ। ਤੇ ਉੱਧਰ ਗਰੀਬ ਜਿਹੜਾ ਆ ਉਹ ਲੋਕ ਜਿਹੜੇ ਆ, ਜਿੱਦਾਂ ਕਿ ਗਰੀਬ ਗਰੀਬ ਹੋਈ ਜਾ ਰਿਹਾ ਤੇ ਅਮੀਰ ਅਮੀਰ ਹੋਈ ਜਾ ਰਿਹਾ, ਬਿਲਕੁਲ। ਤੇ ਆਪਾਂ ਕਹਿੰਦੇ ਸਾਡੇ ਦੇਸ਼ ਦੀ ਕੋਈ ਸ਼ੱਕ ਨਹੀਂ ਕਿ ਸਾਡੇ ਦੇਸ਼ ਨੇ ਤਰੱਕੀ ਕੀਤੀ, ਸੜਕਾਂ ਬਣੀਆਂ, ਸਕੂਲ ਖੋਲ੍ਹੇ, ਬਹੁਤ ਖੁੱਲ੍ਹੇ,
ਪਰ ਇਹ ਕੁਝ ਹੱਥਾਂ ਦੇ ਵਿੱਚ ਹੀ ਜਿਹੜੀ ਆ ਡਿਵੈਲਪਮੈਂਟ ਆਈ ਆ। ਜੇ ਰੂਟ ਲੈਵਲ ਤੇ ਦੇਖੋ ਕਿ ਉਹਨਾਂ ਦੇ ਰੂਟ ਲੈਵਲ ਤੇ ਡਿਵੈਲਪਮੈਂਟ ਇਹ ਆ ਕਿ ਉਹਨਾਂ ਦਾਣੇ ਮਿਲ ਜਾਂਦੇ ਆ, ਬਿਜਲੀ ਦੇ ਬਿੱਲ ਮਾਫ ਹੋ ਜਾਂਦੇ ਆ, ਆਹ ਉਹਨਾਂ ਡਿਵੈਲਪਮੈਂਟ ਆ। ਤੇ ਜੇ ਉਹਨਾਂ ਦੀਆਂ ਦੇਖੋ ਪੁੱਛੋ ਕਿ ਕਿੰਨੀਆਂ ਬੱਸਾਂ ਹੀ ਜਦੋਂ ਇਹ MLA ਬਣਿਆ ਤੇ ਦੋ ਹੀ, ਤੇ ਹੁਣ ਜਦੋਂ ਹਟ ਗਿਆ ਜੀ ਕਿੰਨੇ 20 ਆ। ਜਿਹੜੀ ਰੂਟ ਲੈਵਲ ਤੇ ਵੀ ਡਿਵੈਲਪਮੈਂਟ ਹੋਈ ਉਹਨੂੰ ਅਸੀਂ ਡਿਵੈਲਪਮੈਂਟ ਨਹੀਂ ਕਵਾਂਗੇ। ਮੈਨੂੰ ਲੱਗਦਾ ਕਿ ਉਹ ਇਹਨਾਂ ਨੇ ਕੀਤਾ ਕਿ ਅਗਲੇ ਬੰਦੇ ਨੂੰ ਨਾ ਸ਼ੁਕਰਾ ਜਾਂ ਕਹਿ ਲਓ ਕਿ ਨਿਕੰਮਾ ਬਣਾ ਦਿੱਤਾ ਕਿ ਤੂੰ ਕੰਮ ਨਾ ਕਰ, ਤੈਨੂੰ ਦਾਲ ਰੋਟੀ ਆਟਾ ਜੋ ਵੀ ਆ ਕਣਕ ਜਿਹੜੀ ਉਹ ਸਰਕਾਰ ਦੇਵੇਗੀ, ਠੀਕ ਆ, ਬਾਕੀ ਤੁਸੀਂ ਬੈਠ ਕੇ ਬਸ ਸਾਨੂੰ ਵੋਟ ਪਾਉਣੀ ਆ। ਨਹੀਂ ਉਹਦੇ ਤੇ ਇਹ ਗੱਲ ਹੈ ਕਿ ਤੈਨੂੰ ਨਾ ਮਰਨ ਦੇਣਾ ਤੇ ਨਾ ਜੀਣਾ ਰੱਖਣਾ, ਮਤਲਬ ਮਰਨ ਵੀ ਨਹੀਂ ਦੇਣਾ ਤੇ ਇੰਨਾ ਕਿ ਤੈਨੂੰ ਰੋਟ ਚੋਗਾ ਦੇਈ ਜਾਣਾ ਹੈ ਬਸ, ਕਿ ਤੂੰ ਲਾਰੇ ਲੱਗਿਆ ਰਹੇ, ਬਾਹਰ ਲੱਗਾ ਰਹੇ ਤੇ ਸੋਚ ਉਹਦੀ ਉੱਥੇ ਕਿ ਰਵੇ ਕਿ ਉਹ ਰੋਟੀ ਪਾਣੀ ਜੋਗਾ ਰਵੇ ਤੇ ਸਾਨੂੰ ਕੋਈ ਕਹਿਣ ਵਾਲਾ ਨਾ ਬਣੇ। ਬਿਲਕੁਲ, ਐਜੂਕੇਸ਼ਨ ਸਿਸਟਮ ਉਹ ਜਿਹੜਾ ਸਾਡਾ ਉਹ ਖਰਾਬ ਹੋ ਚੁੱਕਾ, ਠੀਕ ਹੈ, ਮਤਲਬ ਪਲੱਸ ਟੂ ਤੋਂ ਬਾਅਦ ਸਾਡੇ ਕਾਲਜਸ ਜਿਹੜੇ ਨੇ, ਸੰਸਥਾਵਾਂ ਜਿਹੜੀਆਂ ਨੇ, ਇੰਸਟੀਟਿਊਟ ਜਿਹੜੇ ਨੇ ਉਹ ਖਾਲੀ ਪਏ ਨੇ, ਕਿਉਂਕਿ ਬੱਚਾ ਪਲੱਸ ਟੂ ਕਰਦਾ ਆ ਬਾਹਰ ਜਾਂਦਾ, ਉਹਨੂੰ ਲੱਗਦਾ ਕਿ ਜੇ ਮੈਂ ਇੱਥੇ ਕੁਛ ਪੜ੍ਹ ਲਿਆ ਮੈਨੂੰ ਕੁਛ ਮਿਲਣਾ ਨਹੀਂ, ਠੀਕ ਹੈ, ਉਹ ਹੋ ਗਿਆ। ਫਿਰ ਨਸ਼ੇ, ਬਹੁਤ ਸਾਰੀ ਜਿਹੜੀ ਨੌਜਵਾਨ ਪੀੜ੍ਹੀ ਉਹ ਨਸ਼ਿਆਂ 'ਤੇ ਲੱਗੀ ਹੋਈ ਆ, ਮਤਲਬ ਚੀਜ਼ਾਂ ਨੂੰ ਖਰਾਬ ਜ਼ਿਆਦਾ ਕੀਤਾ ਗਿਆ ਆ ਔਰ ਸਵਾਰਿਆ ਘੱਟ ਗਿਆ। ਜੇ ਕਹੀਏ ਕਿ ਸੜਕਾਂ ਬਣੀਆਂ ਨੇ, ਕੰਸਟਰਕਸ਼ਨ ਹੋਈ ਹੈ ਤਾਂ ਡਿਸਟਰਕਟਿਵ ਕੰਸਟਰਕਸ਼ਨ ਹੋਈ ਆ, ਆਲੇ ਦੁਆਲੇ ਇੰਨੇ ਰੁੱਖ ਸੀ ਉਹ ਪੱਟ ਦਿੱਤੇ ਗਏ ਆ, ਉਸ ਤੋਂ ਬਾਅਦ ਉਹਨਾਂ ਦੀ ਲਾਉਣ ਦੀ ਕੋਈ ਗੱਲ ਨਹੀਂ, ਔਰ ਜਿਹੜਾ ਟੈਂਪਰੇਚਰ 45 ਤੋਂ 50 ਡਿਗਰੀ ਦੇ ਵਿੱਚ ਘੁੰਮ ਰਿਹਾ ਆ, ਉਹਦੇ ਪਿੱਛੇ ਕਾਰਨ ਕੀ ਨੇ? ਇਹੀ ਨੇ ਕਾਰਨ, ਇਹੀ ਆ ਕਿ ਦੇਖੋ ਜਿਹੜਾ ਹਰਿਆਵਲ ਸੀ ਇਹ ਗਰੀਨਰੀ, ਜੇ ਸਾਡੀ ਅੱਖਾਂ ਵਾਸਤੇ ਜਦੋਂ ਸਵੇਰੇ ਉੱਠਦੇ ਹਾਂ ਤੇ ਗਰੀਨਰੀ ਦੇਖਦੇ ਹਾਂ ਕਿ ਅੱਖਾਂ ਨੂੰ ਹੀ ਟੋਨਿਕ ਮਿਲਦੀ ਸੀ ਜੀ, ਤੇ ਇਹ ਗਰੀਨਰੀ ਕਰਕੇ ਆਕਸੀਜਨ ਤਾਂ ਜ਼ਿਆਦੀ ਹੋਣੀ ਆ, ਇਹ ਗਰੀਨਰੀ ਕਰਕੇ ਕਿ ਇਹਨਾਂ ਨੇ ਥੋੜੀ ਠੰਡ ਪੈਦਾ ਕਰਨੀ ਆ, ਤਪਸ ਕੱਢਣੀ ਆ, ਉਹ ਇਹ ਗਰੀਨ ਦਰਖਤ ਜ਼ਿਆਦਾ ਕਰਕੇ ਇੱਥੇ ਵਰਖਾ ਜ਼ਿਆਦਾ ਹੋਣੀ ਆ ਜੀ, ਵਰਖਾ ਜ਼ਿਆਦਾ ਹੋਣ ਕਰਕੇ ਇੱਥੇ ਫਸਲਾਂ ਵੀ ਚੰਗੀਆਂ ਪੈਦਾ ਹੋਣਗੀਆਂ। ਔਰ ਹੁਣ ਦੇਖੋ ਕਿੰਨਾ ਜੋ ਮੀਂਹ ਨਹੀਂ ਪਿਆ ਜੀ, ਔਰ ਇਹੋ ਮੈਂ ਕਹਿੰਦਾ ਜੇ ਦਰਖਤ ਲੱਗੇ ਹੋਣ ਤੇ ਉੱਥੇ ਥੋੜੀ ਥੋੜੀ ਦੇਰ ਬਾਅਦ ਮੀਂਹ ਪਵੇਗਾ, ਜਿਹੜਾ ਕਿ ਸਾਡੀ ਹਰਿਆਵਲੀ ਦਾ ਚਿੰਨ੍ਹ ਆ, ਉਹ ਤੇ ਤੁਸੀਂ ਫਸਲਾਂ ਥੋਗੀਆਂ ਆ। ਇੱਕ ਜਿਹੜਾ ਮੁਫ਼ਤ ਸਰਕਾਰਾਂ ਦੀ ਨਾਲ ਆਪਾਂ ਗੱਲ ਕਰ ਰਹੇ ਹਾਂ, ਜਿਹੜੇ ਸਰਕਾਰਾਂ ਨੇ ਮੁਫ਼ਤ ਦੇ ਦਿੱਤਾ ਬਿਜਲੀ ਚਲਾਈ ਜਾਓ ਜਾਂ ਇੱਦਾਂ ਕਰੀ ਜਾਓ, ਤੁਹਾਡਾ ਬਿਜਲੀ ਦਾ ਬਿੱਲ ਨਹੀਂ ਆਉਣਾ ਤੁਹਾਡਾ, ਮੈਂ ਇਹ ਗੱਲ ਨੂੰ ਮੈਂ ਕਹਿੰਦਾ ਸਰਕਾਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ, ਉਹਨਾਂ ਨੂੰ ਰੁਜ਼ਗਾਰ ਓਰੀਐਂਟਡ ਚਾਹੀਦੀ ਗੱਲ ਜੀ, ਕਿ ਜੇ ਤੁਹਾਡੇ ਕੋਈ ਰੁਜ਼ਗਾਰ ਆ, ਤੁਹਾਡੇ ਕੋਲ ਪੈਸੇ ਆਉਣਗੇ ਤੁਹਾਡੀ ਪਰਚੇਜਿੰਗ ਪਾਵਰ ਵਧੂਗੀ, ਸਾਡਾ ਦੇਸ਼ ਖੁਸ਼ਹਾਲ ਹੋਊਗਾ। ਤੇ ਅਸੀਂ ਉੱਧਰ ਸੋਚਦੇ ਨਹੀਂ ਜੀ, ਅਸੀਂ ਮੁਫ਼ਤ ਦੇ ਕੇ ਬਾਅਦ ਵੋਟਾਂ ਲੈ ਲੈਣੀਆਂ ਤੇ ਨਾ ਜਿੰਦਾਬਾਦ ਮੁਰਦਾਬਾਦ ਕਰਕੇ ਤੇ ਆਪਣਾ ਕੰਮ ਚਲਾਈ ਜਾਂਦੇ ਜੀ। ਔਰ ਇਹ ਵੀ ਹੁੰਦਾ ਕਿ ਸਾਨੂੰ ਦਿਹਾੜੀ ਤੇ ਕੰਮ ਕਰਵਾਉਣ ਲਈ ਬੰਦਾ ਨਹੀਂ ਲੱਭਦਾ, ਪਰ ਸਰਕਾਰ ਦੀ ਰੈਲੀ ਦੇ ਵਿੱਚ 500 ਰੁਪਏ ਦੇ ਦਿਹਾੜੀ ਤੇ ਬੰਦਾ ਜਾਣ ਨੂੰ ਤਿਆਰ ਹੋ ਜਾਂਦਾ। ਨਹੀਂ ਇਹ ਤੇ ਦੇਖੋ ਆਪਾਂ ਤੇ ਜਿੱਦਾਂ ਪਹਿਲੀ ਗੱਲ ਆ, ਟੂ ਪਾਰਟੀ ਸਿਸਟਮ ਚਾਹੀਦਾ। ਮੈਂ ਇੱਕ ਨਿੱਕੀ ਜਿਹੀ ਉਦਾਹਰਨ ਦੇਣ ਲੱਗਾ ਕਿ ਮੰਨ ਲਓ ਸਾਡਾ ਜਲੰਧਰ ਆ ਜੀ, 100 ਵੋਟ ਆ ਜੀ, ਤੇ ਇਹਦੇ ਚੋਂ ਇੱਕ ਜਾਣਾ 25 ਵੋਟਾਂ ਲੈ ਜਾਂਦਾ, ਬਾਕੀ 25 ਤੋਂ ਘੱਟ ਆਉਂਦੀਆਂ, ਇੱਕ 25 ਵਾਲਾ ਜਿੱਤ ਜਾਂਦਾ ਜੀ। ਇਹਦਾ ਮਤਲਬ 75 ਦਾ ਤਾਂ ਕੋਈ ਵਾਲੀ ਵਾਸ ਨਹੀਂ ਨਾ, 75 ਦਾ ਨਹੀਂ ਕੋਈ ਨੁਮਾਇਦਾ ਹੈਗਾ, 25 ਦਾ ਹੀ ਆ, 25 ਦਾ ਹੀ ਹੈ। ਤੇ ਇਸ ਕਰਕੇ ਇਹ ਜਿਹੜਾ ਸਿਸਟਮ ਹੈ, ਟੂ ਪਾਰਟੀ ਸਿਸਟਮ, ਉਹ ਘੱਟੋ 49-50 ਦਾ ਫਰਕ ਹੋਊਗਾ ਨਾ। ਹਾਂਜੀ, ਹੈ, ਤੇ ਉਹ ਤੂੰ ਕਿਹਨੂੰ ਵੋਟ ਪਾਈ, ਮੈਂ ਤਾਂ ਉਹਨੂੰ ਪਾਈ, ਮੇਰਾ ਤਾਂ ਯਾਰ ਬਣਿਆ ਨੇ, ਮੈਂ ਤੇ ਜਿਹਨਾਂ ਬਣਿਆ 25 ਉਹ ਚੱਲ ਜਾਏ ਕੰਮ ਕਰੇ, ਬਾਕੀ ਉੱਦਾਂ ਰਹਿ ਜਾਣਗੇ। ਸੋ ਇਹ ਜਿਹੜਾ ਸਿਸਟਮ ਆ ਨਾ, ਇਹਦੇ ਵਿੱਚ ਹੀ ਲੋਕਤੰਤਰ ਵਧੀਆ ਗੱਲ ਆ ਕਿ ਲੋਕਾਂ ਨੂੰ ਸਰਕਾਰ ਚੁਣਨੀ ਚਾਹੀਦੀ ਆ,
ਪਰ ਲੋਕਾਂ ਦੀ 25 ਦੀ ਬਣੀ, 75 ਦੀ ਥੋੜ੍ਹਾ ਬਣੀ, ਤੇ ਬਣੀ ਨਹੀਂ। ਤੇ ਇਸ ਕਰਕੇ ਹੁਣ ਕਈ ਵਾਰੀ ਏਦਾਂ ਕਹਿ ਦਿੰਦੇ ਆ ਕਿ ਸਾਨੂੰ ਏਦਾਂ ਰਿਜ਼ਰਵੇਸ਼ਨ ਰਿਜ਼ਰਵੇਸ਼ਨ ਚਾਹੀਦੀ ਆ। ਰਿਜ਼ਰਵੇਸ਼ਨ ਜਿਹੜੀ ਆ ਚੰਗੀ ਗੱਲ ਆ, ਗਰੀਬ ਲੋਕਾਂ ਨੂੰ ਤਾਂ ਠਾਉਣਾ ਚਾਹੀਦਾ ਆ ਕਿ ਉਹਨਾਂ ਬੰਦਿਆਂ ਨੂੰ ਖਾਸ ਅਧਿਕਾਰ ਦੇਣੇ ਚਾਹੀਦੇ ਆ ਜਿਹੜੇ ਆਰਥਿਕ ਮੁੱਦੇ ਜਿਹੜੇ ਹੋਣ, ਹੈ ਕਿ ਉਹ ਲੋਕ ਜਿਹੜੇ ਆਪਣੇ ਆਰਥਿਕ ਤੌਰ ਦੇ ਉੱਤੇ ਉੱਚਾ ਉੱਠਣ। ਸਾਡਾ ਦੇਸ਼ ਤਾਂ ਹੀ ਤਰੱਕੀ ਕਰੂਗਾ ਜੇ ਇਹ ਨਹੀਂ ਕਿ 10 ਦੀਆਂ ਕੋਠੀਆਂ ਦੇਖ ਲਈਆਂ ਅਤੇ ਲਾਗੇ 50 ਦੀਆਂ ਝੁੱਗੀਆਂ ਬਣੀਆਂ ਹੋਣ, ਤੇ ਉਹ ਦੇਸ਼ ਤਰੱਕੀ ਨਹੀਂ ਕਰ ਸਕਦਾ। ਕਿਉਂਕਿ ਉਹ ਹੀ ਸਿਸਟਮ ਬਣ ਰਿਹਾ ਕਿ ਅਮੀਰ ਅਮੀਰ ਹੋ ਰਿਹਾ, ਗਰੀਬ ਹੋਰ ਥੱਲੇ ਜਾ ਰਿਹਾ। ਔਰ ਅਸੀਂ ਬਹੁਤ ਮਾੜੀ ਗੱਲ ਵੀ ਹੈ ਕਿ ਅਸੀਂ ਕੰਮ ਕਰਨ ਦੀ ਆਦਤ ਜਿਹੜੀ ਹੈ, ਮਿਹਨਤ ਕਰਨ ਦੀ ਆਦਤ ਜਿਹੜੀ, ਉਸਨੂੰ ਛੱਡਦੇ ਜਾ ਰਹੇ ਹਾਂ। ਸਾਨੂੰ ਲੱਗਦਾ ਕਿ ਠੀਕ ਆ ਜੋ ਮਿਲ ਰਿਹਾ ਆਈ ਜਾਣ ਦਿਓ, ਸਾਨੂੰ ਆਪ ਨੂੰ ਹੱਥ ਨਾ ਹਿਲਾਉਣਾ ਪਵੇ। ਹਾਂਜੀ, ਇਹ ਬਹੁਤ ਵਧੀਆ ਤੁਸੀਂ ਗੱਲ ਕੀਤੀ, ਕੁਐਸਚਨ ਕੀਤਾ ਜੀ, ਡਿਗਨਿਟੀ ਆਫ ਲੇਬਰ ਜੀ, ਜਿੰਨਾ ਚ ਅਸੀਂ ਆਪਣੇ ਕੰਮ ਕਰਨ ਨੂੰ ਜਿਹੜਾ ਸ਼ਾਨ ਨਹੀਂ ਸਮਝਦੇ ਨਾ, ਕਿ ਸਾਡੀ ਅਸੀਂ ਮਾਣ ਨਹੀਂ ਸਮਝਦੇ ਕਿ ਮੈਂ ਕੰਮ ਕਰਦਾ ਆ ਇਹ ਤੇ ਮੈਨੂੰ ਮਾਣ ਆ ਜੀ। ਜੇ ਅਸੀਂ ਜਾ ਕੇ ਵਿਦੇਸ਼ਾਂ ਚ ਭਾਂਡੇ ਮਾਂਜ ਸਕਦੇ ਹਾਂ, ਆਪਣੇ ਸਫਾਈਆਂ ਕਰ ਸਕਦੇ ਹਾਂ, ਟਰੱਕ ਡਰਾਈਵਰੀ ਕਰ ਸਕਦੇ ਹਾਂ, ਰੇਹੜੀਆਂ ਲਾ ਸਕਦੇ ਹਾਂ ਜੀ, ਤੇ ਕਿਸਾਨ ਨੂੰ ਇੱਥੇ ਸ਼ਰਮ ਆਉਂਦੀ ਹੈ। ਮਤਲਬ ਅਸੀਂ ਇੱਥੇ ਵੀ ਕਮਾਈ ਕਰ ਸਕਦੇ ਹਾਂ, ਬਿਲਕੁਲ, ਹੈ ਉੱਥੇ ਤੇ ਇੱਦਾਂ ਆ ਕਿ ਜਿੰਨਾ ਜੇ ਬੰਦਾ ਮੰਨ ਲਓ ਜਾਂਦਾ ਆ, ਉਹ ਜਾਂਦੇ ਆ ਹਰ ਚੱਕਰ ਚ ਪਾਉਂਦੇ ਆ ਇੱਕ ਲੋਨ ਤੇ ਲੈ ਦਿੰਦੇ ਸਭ ਕੁਛ, ਤੇ ਮੁੜ ਕੇ ਬੰਦਾ ਲੁਕੋ ਲੋਨ ਲਾਉਂਦਾ ਰਹਿੰਦਾ, ਤੇ ਜਦੋਂ ਬੁਢਾਪਾ ਹੋ ਜਾਂਦਾ ਆ ਤੇ ਉਦੋਂ ਉਹਨੂੰ ਪੈਨਸ਼ਨ ਦੇਈ ਜਾਂਦੇ, ਖਾਈ ਪੀ ਜਾ ਗੱਲ। ਤੇ ਇੱਥੇ ਸਾਡਾ ਦੇਸ਼ ਵੀ ਤਰੱਕੀ ਕਰੂ ਜੇ ਅਸੀਂ ਇੱਥੇ ਕੰਮ ਕਰਾਂਗੇ, ਸਿਸਟਮ ਬਣਾਵਾਂਗੇ। ਸਾਡੇ ਦੇਸ਼ ਚ ਤੇ ਇੱਦਾਂ ਦਾ ਦੇਸ਼ ਆ ਜਿੱਥੇ ਸਾਰੇ 24 ਘੰਟੇ ਕੰਮ ਕਰਦੇ, ਤੇ ਉਹਦੇ ਦੇਸ਼ਾਂ ਚ ਬਰਫਾਂ ਪੈ ਜਾਂਦੀਆਂ, ਇੱਦਾਂ ਦੇ ਵਾਤਾਵਰਨ ਵੀ ਇੱਦਾਂ ਦਾ ਆ ਕਿ ਤੁਸੀਂ ਕੰਮ ਨੀ ਕਰ ਸਕਦੇ ਜਿੰਨਾ ਚ ਇੱਥੇ, ਜਿੰਨਾ ਇੱਥੇ ਕਰ ਸਕਦੇ ਜੀ। ਹੈ ਸਭ ਹਰ ਤਰ੍ਹਾਂ ਦਾ ਮੌਸਮ ਦਿੱਤਾ ਆ, ਪਰ ਅਸੀਂ ਜਿਹੜਾ ਸਾਡੇ ਦੇਸ਼ ਪਹਿਲਾਂ ਹੋਣਾ ਚਾਹੀਦਾ, ਸਾਡਾ ਭਾਰਤ ਮਹਾਨ ਬਣੂਗਾ ਜੇਕਰ ਅਸੀਂ ਆਪਣੇ ਲੋਕਾਂ ਦੇ ਕੰਮ ਜਿਹੜੇ ਇੱਥੇ ਕਰਾਂਗੇ। ਜਿੰਨੇ ਵੀ ਲੋਕ ਜਾਂਦੇ ਆ ਤੇ ਇੱਥੇ ਆ ਥੋੜ੍ਹਾ ਜਿਹਾ ਇੰਨਾ ਕਿਹਾ ਕਿ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਕਿ ਪਾਣੀ ਜਿਹੜਾ ਆ, ਤੁਸੀਂ ਪਾਣੀ ਦਾ ਦੇਖ ਲਓ ਕਿ ਪਾਣੀ ਅਸੀਂ ਕਹਿੰਦੇ ਸਾਡੇ ਕੋਲ ਘਰ ਥੱਲੇ ਜਾ ਰਿਹਾ, ਤੇ ਦੂਜੇ ਪੰਨੇ ਹਰ ਪਿੰਡ ਦੇ ਵਿੱਚ ਛੱਪੜ ਓਵਰ ਫਲੋ ਹੋਏ ਆ, ਉਹ ਪਾਣੀ ਨੂੰ ਆਪਾਂ ਯੂਜ ਕਰਕੇ ਖੇਤਾਂ ਲਾ ਸਕਦੇ, ਥੜਾ ਪਾਣੀ ਤੇ ਘਟੂਗਾ ਜੀ, ਪਰ ਉੱਧਰ ਕਿਸੇ ਨੇ ਸਕੀਮ ਹੀ ਲਾਉਣੀ ਕਿ ਅਸੀਂ ਆਹ ਵੀ ਕੰਮ ਕਰ ਲਈਏ। ਤੇ ਇਸ ਕਰਕੇ ਥੋੜ੍ਹਾ ਜਿਹਾ ਸਾਡੀ ਸੋਚ ਬਦਲਣ ਦੀ ਲੋੜ ਆ, ਸਰਕਾਰਾਂ ਬਦਲਣ ਔਰ ਪਿੰਡ ਦੇ ਲੋਕ ਵੀ ਬਦਲਣ, ਤੇ ਜਿਹਦੇ ਸਾਨੂੰ ਲੋਕ ਜਿਹੜੇ ਨਾ, ਅਸੀਂ ਆਪਣੇ ਦੇਸ਼ ਦਾ ਵੀ ਤਰੱਕੀ ਹੋਊਗੀ, ਸਾਡੀ ਆਪਣੀ ਵੀ ਹੋਊਗੀ, ਤੇ ਅਸੀਂ ਵੀ ਦੁਨੀਆਂ ਦੇ ਉੱਤੇ ਸਾਡਾ ਦੇਸ਼ ਜਿਹੜਾ ਮਹਾਨ ਹੋਏਗਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਸਰ, ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ। ਔਰ ਤੁਸੀਂ ਜਿਹੜਾ ਸੁਨੇਹਾ ਦਿੱਤਾ ਕਿ ਤਰੱਕੀ ਜਦੋਂ ਕਰਨੀ ਹੈ ਨਾ, ਉਦੋਂ ਆਪਣੇ ਆਪ ਨੂੰ ਬਦਲਣਾ ਹੀ ਪੈਣਾ, ਆਪਣੀਆਂ ਆਦਤਾਂ ਜਿਹੜੀਆਂ ਪੁਰਾਣੀਆਂ ਨੇ ਉਹ ਵੀ ਛੱਡਣੀਆਂ ਪੈਣੀਆਂ ਨੇ। ਔਰ ਜੇ ਤੁਸੀਂ ਚਾਹੁੰਦੇ ਹੋ ਕਿ ਸੱਚੀ ਬਦਲਾ ਆਵੇ ਤਾਂ ਸਰਕਾਰ ਵੀ ਬਦਲਣੀ ਪੈਣੀ ਹੈ, ਚਾਹੇ ਕੋਈ ਵੀ ਹੋਵੇ, ਹੈ ਨਾ। ਔਰ ਲੋਕਤੰਤਰ ਹੈ, ਡੈਮੋਕ੍ਰੇਸੀ ਹੈ, ਔਰ ਆਪਣੇ ਵੋਟ ਦਾ ਅਧਿਕਾਰ ਜਿਹੜਾ ਉਸਨੂੰ ਜਦੋਂ ਅਸੀਂ ਸਿਆਣਪ ਦੇ ਨਾਲ ਵਰਤਾਂਗੇ ਨਾ, ਤੇ ਦੇਖਿਓ ਫਾਇਦਾ ਜਿਹੜਾ ਉਹ ਸਾਡਾ ਹੀ ਹੋਣਾ। ਸੋ ਥੈਂਕ ਯੂ ਸੋ ਮਚ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਦਰਸ਼ਕੋ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ।